शुरू करता हूँ अल्लाह के बरकत नाम से जो बड़ा मेहरबान नहायत रहम करने वाला है। अस्सलाम वालेकुम दोस्तों, की हाल चाल तुहाडा? मैं तुहाडा दोस्त तुहाडा मेज़बान अब्दुल रहीम, तुसीं वेखदे पै जे पाक पतन एनीमल टीवी। जनाब पाक पतन एनीमल टीवी नूं करना लाइक सबसक्राइब और नाल लगे बैल आइकन दे बटन नूं करना प्रेस ताकि अच्छी और बेहतरीन खास नीली रावी दी माई दी वीडियो मेरे वीरां भरां नूं सब तो पहले पहुँचे। जनाब अज वीरां भरावां दी फरमाइश पूरी करदे होया, तवक्कात पूरी करदे होया, खास प्योर नीली रावी दी माझ दी वीडियो लै के हाज़र होए हां। ਵੀਰਾਂ ਭਰਾਵਾਂ ਨੇ ਮਾਝ ਨੂੰ ਦੇਖਣ ਤੋਂ ਪਹਿਲਾਂ ਗੁਜ਼ਾਰਿਸ਼ ਵੀਰਾਂ ਭਰਾਵਾਂ ਕਿ ਤੁਸੀਂ ਅੱਛਾ ਜਾਨਵਰ ਚਾਹੁੰਦੇ ਜੇ, ਨੀਲੀ ਰਾਵੀ ਦਾ ਬ੍ਰਾਂਡ ਚਾਹੁੰਦੇ ਜੇ ਅੱਛੀ ਨਸਲ ਦੇ ਵਿੱਚ ਅਤੇ ਅੱਛੀ ਬਰੀਡ ਦੇ ਵਿੱਚ, ਅਤੇ ਫਿਰ ਪਾਕ ਪਤਨ ਐਨੀਮਲ ਟੀਵੀ ਨੂੰ ਕਰਨਾ ਲਾਈਕ ਸਬਸਕ੍ਰਾਈਬ ਔਰ ਨਾਲ ਲੱਗੇ ਬੈਲ ਲੱਗਦੇ ਬਟਨ ਨੂੰ ਕਰਨਾ ਪ੍ਰੈਸ। ਜਨਾਬ ਅੱਜ ਦਾ ਜੋ ਤੋਹਫ਼ਾ ਜੋ ਹੀਰਾ ਵੀਰਾਂ ਭਰਾਵਾਂ ਦੀ ਖਿਦਮਤ ਵਿੱਚ ਜਨਾਬ ਲੈ ਕੇ ਹਾਜ਼ਰ ਹੋਏ ਹਾਂ, ਖਾਸ ਨੀਲੀ ਰਾਵੀ ਦਾ ਮਾਸ਼ਾਅੱਲਾ ਜੈਨਮਨ ਤੀਸਰਾ ਵਾਰਾ ਡਿਲੀਵਰ ਕੀਤਾ। ਇਹਨੂੰ ਨਾ ਥੋੜ੍ਹੀ ਸਾਈਡ ਬਦਲ ਮਾਝ ਦੀ, ਤੀਸਰਾ ਵਾਰਾ ਡਿਲੀਵਰ ਕੀਤਾ। ਪਿੱਛੇ ਕੱਟਿਆ ਸੂਈ ਨੂੰ ਹੋ ਗਿਆ ਤਕਰੀਬਨ 5 ਤੋਂ 6 ਦਿਨ, 5 ਤੋਂ 6 ਦਿਨ ਸੂਈ ਨੂੰ ਹੋ ਗਿਆ ਮਾਸ਼ਾਅੱਲਾ। ਘਰੇਲੂ ਇਹ ਸ਼ਰਤੀਆ, ਕੋਈ ਰੇਵੜ ਸ਼ੇਵੜ ਦੀ ਨਹੀਂ ਹੈਗੀ, ਘਰੇਲੂ ਇਹ। ਸਭ ਤੋਂ ਪਹਿਲਾਂ ਵੀਰਾਂ ਭਰਾਵਾਂ ਨੇ ਮਾਝ ਦਾ ਕੱਦ ਕਾਠ ਹਰ ਚੀਜ਼ ਤਸੱਲੀ ਨਾਲ ਨਜ਼ਰ ਮਾਰਨੀ, ਹਰ ਚੀਜ਼ ਦੇਖਣੀ ਮਾਸ਼ਾਅੱਲਾ। ਖਾਸ ਨੀਲੀ ਰਾਵੀ ਦੀ ਚਮੜੀ ਜਿਲਦ ਫੁੱਲ ਬਾਰੀਕ ਪਸ਼ਮ ਤਰ੍ਹਾਂ, ਅਤੇ ਬਕਾਇਆ ਮਾਲਿਕ ਕੋਲੋਂ ਪੁੱਛਦੇ ਹਾਂ ਕਹਿੰਦੇ ਬਾਰੇ ਕੀ ਆਪਾਂ ਦੱਸਦਾ ਹੈਗਾ। ਇਹ ਥੋੜ੍ਹਾ ਮਾਝ ਦੇ ਬਾਰੇ ਦੱਸਿਆ ਜੀ, ਬਰੀਕ ਚਮੜੀ ਦੀ ਨੀਲੀ ਦੀ ਮਾਝ। ਅੱਛਾ ਜੀ, ਹੱਥ ਲਾ ਕੇ ਕੋਲੇ ਕਰੀਬ ਜਾ ਕੇ ਦੱਸਣਾ ਹੈਗਾ, ਬਰੀਕ ਚਮੜੀ ਦੀ ਮਾਝ ਹੈ ਜੀ। ਠੀਕ ਹੋਊਗਾ ਜਨਾਬ ਜੀ, ਮੈਂ ਪੁੱਛਣ ਪਿੱਛੋਂ ਉੱਚੀ ਅੱਗੋਂ ਨੀਵੀਂ। ਅੱਛਾ, ਪਿਓਰ ਨੀਲੀ ਦੀ ਮਾਝ ਹੈ, ਤੀਸਰਾ ਸੂ ਹੈ, ਪਿਓਰ ਨੀਲੀ ਦੀ ਤੀਸਰਾ ਸੂ ਹੈ ਜਨਾਬ। ਠੀਕ ਹੋ ਗਿਆ, 9 ਮਹੀਨਿਆਂ ਤੱਕ ਮਿਲੇਗੀ। ਫੇਸ ਕੁਆਲਿਟੀ ਵੱਲੋਂ ਛੋਟੀ ਬੂਥੀ ਮਾਸ਼ਾਅੱਲਾ, ਛੋਟਾ ਛੋਟਾ ਚੂੜੀ ਟਾਈਪ ਸਿੰਘ ਹੈਗਾ, ਬੱਗੀ ਬਿੱਲੀ ਆਖੇ ਮੋਟੀ ਮਾਸ਼ਾਅੱਲਾ, ਬੜੀ ਕਮਾਲ ਦੀ ਨੀਲੀ ਰਾਵੀਆਂ ਦੀ ਕਈ ਫੇਸ ਕੁਆਲਿਟੀ ਹੁੰਦੀ, ਉਹ ਜੀ ਫੇਸ ਕੁਆਲਿਟੀ ਮਾਸ਼ਾਅੱਲਾ। ਅੱਖ ਬੜੀ ਮੋਟੀ ਅਤੇ ਵਾਈਟ ਰੰਗ ਦੇ ਵਿੱਚ, ਅਤੇ ਸਿੰਘ ਕਿਹੜਾ ਛੋਟਾ ਛੋਟਾ ਬਾਰੀਕ ਸਿੰਘ, ਇਹ ਚੂੜੀ ਟਾਈਪ ਮੁੜਿਆ ਹੋਇਆ। ਤਸੱਲੀ ਨਾਲ ਵੀਰਾਂ ਭਰਾਵਾਂ ਨੇ ਫੇਸ ਕੁਆਲਿਟੀ ਦੇਖਣੀ, ਉਸ ਤੋਂ ਬਾਅਦ ਨੀਲੀ ਦੇ ਬ੍ਰਾਂਡ ਦੀ ਖੁਰ ਦੇਖਣੀ ਮਾਸ਼ਾਅੱਲਾ, ਗੋਲ ਖੁਰਨ ਐਨ ਸਿੱਧਲ ਜਾਈ ਯਾਰ, ਇਹਦੇ ਥੋੜ੍ਹਾ ਕੈਮਰਾ ਤਲਵਾਵਾ। ਚਮੜੀ ਜਿਲਦ ਪਸ਼ਮ ਤਰ੍ਹਾਂ ਫੁੱਲ ਬਾਰੀਕ ਹੈਗੀ ਜਨਾਬ ਜੀ, ਅਤੇ ਪੁਸ਼ਲ ਪਰਾਂਦੇ ਤਰ੍ਹਾਂ ਪੁਸ਼ਲ ਹੈ ਮਾਸ਼ਾਅੱਲਾ, ਫੁੱਲ ਬਾਰੀਕ, ਅਤੇ ਹੱਡੀ ਇੱਕ ਵੀਰਾਂ ਭਰਾਵਾਂ ਨੇ ਤਸੱਲੀ ਕਰਨੀ ਹੱਡੀ ਦੀ, ਉਸ ਤੋਂ ਬਾਅਦ ਖੁੱਡਾ ਦੇਖਣਾ, ਆਡਾਂ ਕਾਠਾਂ ਨੂੰ, ਹਰ ਚੀਜ਼ ਨੂੰ ਤਸੱਲੀ ਨਾਲ ਵੀਰਾਂ ਭਰਾਵਾਂ ਨੇ ਦੇਖਣਾ ਮਾਸ਼ਾਅੱਲਾ, ਤਸੱਲੀ ਪੂਰੀ ਕਰਨੀ। ਲਿਬਾਸ ਵਾਲੇ ਦੀ ਆਰਡਰ ਕੁਆਲਿਟੀ ਵੀ ਦੇਖਣੀ ਮਾਸ਼ਾਅੱਲਾ, ਇਹ ਲਿਬਾਸ ਵਾਲੇ ਦੀ ਆਰਡਰ ਕੁਆਲਿਟੀ ਵੀਰਾਂ ਭਰਾ ਸਾਹਮਣੇ, ਇਹ ਲਿਬਾਸ ਵਾਲੇ ਦੀ ਆਰਡਰ ਕੁਆਲਿਟੀ ਦੇਖਣੀ ਵੀਰਾਂ ਭਰਾਵਾਂ ਨੇ, ਤਸੱਲੀ ਨਾਲ ਦੇਖਣਾ ਹੈਗਾ, ਤਸੱਲੀ ਵੀਰਾਂ ਭਰਾਵਾਂ ਨੇ ਲਿਬਾਸ ਵਾਲੇ ਦੀ ਆਰਡਰ ਕੁਆਲਿਟੀ ਵੱਲੋਂ ਪੂਰੀ ਕਰ, ਇੰਚ ਦਾ ਟਰਾਏ ਨੇ, ਇਹ ਦੇਖਣਾ ਮਾਸ਼ਾਅੱਲਾ, ਫੁੱਲ ਬਾਰੀਕ, ਫੁੱਲ ਬਾਰੀਕ ਹੈਗੀ ਮਾਸ਼ਾਅੱਲਾ, ਹਰ ਚੀਜ਼ ਨੂੰ ਤਸੱਲੀ ਨਾਲ ਵੀਰਾਂ ਭਰਾਵਾਂ ਨੇ ਦੇਖਣਾ। ਖਾਸ ਨੀਲੀ ਰਾਵੀ ਦੀ ਹੈ, ਅਤੇ ਘਰੇਲੂ ਇਹ ਸ਼ਰਤੀ ਹੈ, ਇਹਨੂੰ ਬੰਨ ਦੇਣਾ, ਇਹਦੇ ਥੱਲੇ ਕੱਟਾ ਲਓ, ਤਸੱਲੀ ਵੀਰਾਂ ਭਰਾਵਾਂ ਨੇ ਪੂਰੀ ਕਰਨੀ ਹੈਗੀ। ਖੁਰ ਤੋਂ ਲੈ ਕੇ ਕੰਡ ਤੱਕ ਨਜ਼ਰ ਮਾਰਨੀ, ਕੰਡ ਵੀ ਫੱਟੀ ਟਾਈਪ ਬਿਲਕੁਲ ਪੱਧਰ ਏ, ਅਤੇ ਬ੍ਰਾਂਡ ਇਹਨਾਂ ਦੇ ਹੁਕਮ ਨਾਲ ਬਕਾਇਆ ਜੈਨਮਨ ਵੀਰਾਂ ਭਰਾਵਾਂ ਕੇ ਗੱਲ ਕਰਨੀ ਕਿ ਤੀਸਰਾ ਵਾਰਾ ਡਿਲੀਵਰ ਕੀਤਾ, ਤੀਸਰਾ ਵਾਰਾ ਡਿਲੀਵਰ ਕੀਤਾ ਮਾਸ਼ਾਅੱਲਾ। ਹਰ ਚੀਜ਼ ਵੀਰਾਂ ਭਰਾਵਾਂ ਨੇ ਦੇਖਣੀ, ਅੱਗੋਂ ਕੋਲੀ ਦੇਖਣੀ, ਫੁੱਲ ਬਾਰੀਕ, ਫੁੱਲ ਬਾਰੀਕ ਹੈਗੀ, ਕਿੰਨੀ ਕੁ ਹੈਗੀ ਇਹ ਫੁੱਲ ਬਾਰੀਕ, ਚਮੜੀ ਜਿਲਦ ਵੱਲੋਂ ਫੁੱਲ ਬਾਰੀਕ, ਹੱਡੀ ਇੱਕ ਆਡਾ ਕਾਟਾਂ ਦੀ ਖੁੱਲ੍ਹੀ ਹੈਗੀ, ਪੁੱਠਾ ਚੰਗਾ ਚੋੜਾ, ਤਸੱਲੀ ਵੀਰਾਂ ਭਰਾਵਾਂ ਨੇ ਪੂਰੀ ਕਰਨੀ। ਲਾਈਵ ਚੁਆਈ ਕਰਾਉਂਦੇ ਹਾਂ,
ਤੇ ਹਾਜ਼ਰ ਮੌਕੇ ਦੁੱਧ ਕੀ ਹੈਗਾ, ਟਾਈਮ ਟੂ ਟਾਈਮ ਠੰਡਾ ਦੁੱਧ ਉਹ ਵੀਰਾਂ ਭਰਾ ਨੂੰ ਦੱਸ ਦਿਆਂ ਅਤੇ ਮਾਲਕ ਨਾਲ ਗੱਲਾਂ ਸ਼ੇਅਰ ਕਰਕੇ ਬਕਾਇਆ ਰੇਟ ਸ਼ੇਟ ਕੀ ਹੋਣਾ। ਡਿਮਾਂਡ ਹਮੇਸ਼ਾ ਤੋਂ ਪਾਕ ਪਤਨਾ ਐਨੀਮਲ ਟੀ ਵੀ ਨੇ ਬਹੁਤ ਕੰਮ ਕੀਤੀ ਹੈ, ਡਿਮਾਂਡ ਬਹੁਤ ਕੰਮ ਕੀਤੀ, ਸਿਰਫ ਖਿਦਮਤ ਕਰਨ ਵਾਲੀ ਗੱਲ ਕੀਤੀ। ਇਹ ਪਿੱਛੇ ਕੱਟਿਆ ਹੈਗਾ ਵੀਰਾਂ ਭਰਾ ਨੇ ਦੇਖ ਲੈਣਾ ਮਾਸ਼ਾਅੱਲਾ। ਤਕਰੀਬਨ 4 ਤੋਂ 5 ਦਿਨ ਹੋ ਗਏ ਸੂਈ ਨੂੰ, ਅਤੇ ਕੱਟਾ ਵੀ ਬਰੀਡ ਵੱਲੋਂ ਬਹੁਤ ਚੰਗਾ, ਕੱਟਾ ਵੀ ਬਰੀਡ ਵੱਲੋਂ ਬਹੁਤ ਚੰਗਾ। ਬਕਾਇਆ ਮੱਝ ਦਾ ਕੱਦ ਕਾਠ ਨਸਲ ਜ਼ਾਤ ਨੀਲੀ ਦੀ ਵੀਰਾਂ ਭਰਾਵਾਂ ਦੇ ਸਾਹਮਣੇ ਹੈਗੀ। ਥਨ ਸ਼ਨ ਹਰ ਚੀਜ਼ ਵੀਰਾਂ ਭਰਾਵਾਂ ਨੂੰ ਚੁਆਈ ਦੇ ਟਾਈਮ ਦਿਖਾਵਾਂਗੇ, ਤਸੱਲੀ ਇਨਸ਼ਾਅੱਲਾ ਪੂਰੀ ਕਰਾਵਾਂਗੇ। ਬਕਾਇਆ ਨੀਲੀ ਦਾ ਖਾਸ ਬ੍ਰਾਂਡ ਹੈਗਾ ਮਾਸ਼ਾਅੱਲਾ, ਨੀਲੀ ਦਾ ਹੀਰਾ, ਫੇਸ ਕੁਆਲਿਟੀ ਵੱਲੋਂ ਬੜੀ ਕਮਾਲ ਹੈ ਮਾਸ਼ਾਅੱਲਾ, ਸਿੰਘ ਵੀ ਫੁੱਲ ਬਾਰੀਕ ਅਤੇ ਚੂੜੀ ਟਾਈਪ ਹੈ ਮਾਸ਼ਾਅੱਲਾ, ਕੋਈ ਵੱਡਾ ਨਹੀਂ ਹੈਗਾ, ਅਤੇ ਅੱਖ ਵੀ ਮੋਟੀ ਅਤੇ ਪੁੱਠਾ, ਆਡਾਂ ਕਾਠਾਂ ਵੱਲੋਂ ਹਰ ਚੀਜ਼ ਵੀਰਾਂ ਭਰਾਵਾਂ ਦੇ ਸਾਹਮਣੇ ਹੈਗੀ। ਤਸੱਲੀ ਪੂਰੀ ਕਰਨੀ, ਬਕਾਇਆ ਲਾਈਵ ਚੁਆਈ ਕਰਾ ਕੇ ਥਨ ਸ਼ਨ ਦੀ ਹਰ ਚੀਜ਼ ਦੀ ਵੀਰਾਂ ਭਰਾਵਾਂ ਨੂੰ ਕਲੀਅਰ ਤਸੱਲੀ ਕਰਾ ਦਿਆਂ। ਕੱਟਾ ਨਸਲ ਜ਼ਾਤ ਵੱਲੋਂ ਬਹੁਤ ਚੰਗਾ, ਕਿਹੜਾ ਮੱਝ ਪਿੱਛੇ ਕੱਟਾ ਨਸਲ ਜ਼ਾਤ ਵੱਲੋਂ ਬਹੁਤ ਚੰਗਾ, ਬਰੀਡ ਬਹੁਤ ਅੱਛੀ ਹੈ, ਨਸਲ ਜ਼ਾਤ ਬਹੁਤ ਅੱਛੀ ਹੈ। ਜੋ ਵੀਰ ਭਰਾ ਡਿਮਾਂਡ ਕਰਦੇ ਨੇ ਘਰੇਲੂ ਨੀਲੀ ਰਾਵੀ ਦੇ ਬ੍ਰਾਂਡ ਦੀ, ਉਹਨਾਂ ਵਾਸਤੇ ਖਾਸ ਤੋਹਫਾ, ਉਹਨਾਂ ਵਾਸਤੇ ਖਾਸ ਹੀ ਰਹਿ ਗਿਆ। ਬਕਾਇਆ ਅੱਛੀ ਬਰੀਡ ਦਾ ਜਾਨਵਰ ਲੈਣਾ ਹੋਵੇ ਚੰਗੀ ਨਸਲ ਦਾ ਘਰੇਲੂ, ਅਤੇ ਫਿਰ ਪਾਕ ਪਤਨ ਐਨੀਮਲ ਟੀ ਵੀ ਨੂੰ ਕਰਨਾ ਸਬਸਕ੍ਰਾਈਬ। ਸੱਲੀ ਵੀਰਾਂ ਭਰਾਵਾਂ ਨੇ ਪੂਰੀ ਕਰਨੀ, ਲਾਈਵ ਚੁਆਈ ਕਰਾਉਂਦੇ ਹਾਂ, ਥਨ ਸ਼ਨ ਦੀ ਗੰਢ ਮੋੜੀ ਹਰ ਚੀਜ਼ ਵੀਰਾਂ ਭਰਾਵਾਂ ਦੇ ਸਾਹਮਣੇ ਆ ਜਾਣੀ ਅਤੇ ਕਲੀਅਰ ਹੋ ਜਾਣੀ। ਬਕਾਇਆ ਨੀਲੀ ਦਾ ਖਾਸ ਬ੍ਰਾਂਡ ਹੈ, ਰੱਖਣ ਵਾਸਤੇ ਘਰ ਵਾਸਤੇ ਬੜੀ ਬਿਹਤਰੀਨ ਹੈਗੀ ਮਾਸ਼ਾਅੱਲਾ। ਤਸੱਲੀਆਂ ਵੀਰਾਂ ਭਰਾਵਾਂ ਦੀਆਂ ਪੂਰੀਆਂ, ਗਾਰੰਟੀਆਂ ਪੂਰੀਆਂ, ਹਾਜ਼ਰ ਮੌਕੇ ਦੁੱਧ ਕਿੰਨਾ, ਟਾਈਮ ਟੂ ਟਾਈਮ ਉਹ ਵੀਰਾਂ ਭਰਾਵਾਂ ਦੇ ਕਰਾ ਦੇਣ ਪੂਰੀ ਤਸੱਲੀ। ਇੱਕ ਇੱਕ ਥਾਂ ਦੀ ਨੇ ਧਾਰ ਮਾਰ ਕੇ ਪਹਿਲਾਂ ਮੌਲਵੀ ਸਾਹਿਬ ਦਿਖਾਇਆ, ਇਹਦਾ ਥੋੜ੍ਹਾ ਸਾਹਮਣੇ ਆਵਾਜ਼ ਹੈਗਾ। ਇਹ ਧਾਰ ਚੈੱਕ ਕਰਨੀ ਮਾਸ਼ਾਅੱਲਾ, ਮੋਟੀ ਧਾਰ, ਰੂਹ ਤਰ੍ਹਾਂ ਨਰਮ ਚੁਆਏ ਮਾਸ਼ਾਅੱਲਾ, ਚਵਾ ਵੱਲੋਂ ਮਾਸ਼ਾਅੱਲਾ ਨਵਾਬੀ ਹੈ, ਚਵਾ ਵੱਲੋਂ ਕਮਾਲ ਹੈ ਮਾਸ਼ਾਅੱਲਾ, ਠੀਕ ਹੋ ਗਿਆ ਚੋ। ਲਿਬਾਸ ਵਾਨੇ ਦੀ ਆਰਡਰ ਕੁਆਲਿਟੀ, ਫੁੱਲ ਬਾਰੀਕ ਲਿਬਾਸ ਵਾਨਾ ਬੜਾ ਸੋਹਣਾ ਮਾਸ਼ਾਅੱਲਾ ਬਣਾਇਆ। ਹਰ ਚੀਜ਼ ਵੀਰਾਂ ਭਰਾਵਾਂ ਦੇ ਸਾਹਮਣੇ, ਬਕਾਇਆ ਲਾਈਵ ਚੁਆਈ ਤਸੱਲੀ ਨਾਲ ਦੇਖ ਲਿਆ।
ਚਵਾ ਬੜਾ ਮੋਟਾ ਹੈ ਮਾਸ਼ਾਅੱਲਾ, ਬੜਾ ਨਰਮ ਚਵਾ ਹੈਗਾ, ਚਵਾ ਬੜਾ ਸੋਹਣਾ ਮਾਸ਼ਾਅੱਲਾ। ਬਕਾਇਆ ਨਸਲਜ਼ਾਤ ਬਰੀਡ ਹਰ ਚੀਜ਼ ਵੀਰਾਂ ਭਰਾਵਾਂ ਦੇ ਸਾਹਮਣੇ, ਜੋ ਰੇਟ ਕਰਨਾ, ਜੋ ਕੀਮਤ ਕਰਨੀ, ਇੰਤਹਾਈ ਮਾਕੂਲ ਹੋਣੀ, ਇੰਤਹਾਈ ਮੁਨਾਸਿਬ ਰੇਟ ਦੇ ਵਿੱਚ ਵੀਰਾਂ ਭਰਾਵਾਂ ਨੂੰ ਅੱਜ ਦਾ ਤੋਹਫ਼ਾ, ਅੱਜ ਦਾ ਹੀਰਾ ਦੇ ਦੇਣਾ। ਗੋਗੇ ਕਰਿਆ ਆਖਣਾ ਚਾਹ ਬਣਾਵਾਂ, ਚੰਗੀ ਦੁੱਧ ਪੱਤੇ ਦੋ ਕੱਪ। ਇਹ ਤਸੱਲੀ ਵੀਰਾਂ ਭਰਾਵਾਂ ਨੇ ਪੂਰੀ ਕਰ ਲੈਣੀ, ਮੱਝ ਕੋਲ ਦੁੱਧ ਬਹੁਤ ਜ਼ਿਆਦਾ ਹੈਗਾ, ਹੱਡੀ ਇੱਕ, ਚਮੜੀ ਜਿਲਦ ਫੁੱਲ ਬਾਰੀਕ, ਆਡਾ ਕਾਟਾਂ ਦੀ ਖੁੱਡੇ ਦੀ ਨਵਾਬੀ ਹੈ ਮਾਸ਼ਾਅੱਲਾ, ਅਤੇ ਮੱਝ ਵੀ ਨਵਾਬ ਏ, ਫੂਸ਼ਲ ਵੀ ਫੁੱਲ ਬਾਰੀਕ, ਬਸ ਠੀਕ ਹੋ ਗਿਆ ਕੱਟੇ ਬਾਅਦ ਛੱਡ ਦੇ। ਫੇਸ ਕੁਆਲਿਟੀ ਵੱਲੋਂ ਨਵਾਬ ਏ, ਅਤੇ ਖਾਸ ਨੀਲੀ ਰਾਵੀ ਦਾ ਨਾਯਾਬ ਤੋਹਫ਼ਾ, ਨਸਲ ਜ਼ਾਤ ਵੱਲੋਂ ਬਰੀਡ ਵੱਲੋਂ, ਮਾਲਕਾਂ ਦੀ ਜ਼ੁਬਾਨੀ ਸੁਣਾਂ ਦੇ ਕਿ ਮਾਲਕ ਕਿਸ ਕਿਸ ਚੀਜ਼ ਦੀ ਆਪਾਂ ਨੂੰ ਦਿੰਦਾ ਗਰੰਟੀ। ਕੱਟਾ ਬੜਾ ਪਿੱਛੇ ਨਵਾਬੀ, ਕੱਟਾ ਬੜਾ ਨਵਾਬੀ ਪਿੱਛੇ ਮਾਸ਼ਾਅੱਲਾ, ਕੱਟੇ ਦੀ ਵਿਖਾ ਜਾ ਰਹੀ ਹੈ, ਇਹ ਤਸੱਲੀ ਨਾਲ ਵੇਖਣਾ ਮਾਸ਼ਾਅੱਲਾ, ਬੜਾ ਨਵਾਬੀ ਕੱਟਾ ਪਿੱਛੇ ਮਾਸ਼ਾਅੱਲਾ ਮੱਝ ਦੇ, ਅਤੇ ਮੱਝ ਵੀ ਘਰੇਲੂ ਏ, ਕਰਨੇ ਆ ਮਾਲਕ ਸ਼ਾਹ ਰੇਟ ਦੇ ਗਲਾਂ, ਲੇਕਿਨ ਉਸ ਤੋਂ ਪਹਿਲਾਂ ਦੁੱਧ ਦੇਖ ਲੈਣਾ। ਤਕਰੀਬਨ 5-6 ਲੀਟਰ ਦੁੱਧ ਹੈਗਾ ਫਿਲਹਾਲ, ਅਤੇ ਕੱਟੇ ਵਾਸ ਕਿਹੜਾ ਛੱਡਿਆ ਉਹ ਵੀਰਾਂ ਭਰਾਵਾਂ ਦੇ ਸਾਹਮਣੇ, ਇਹ ਦੇਖ ਲੈਣਾ ਮਾਲਕ ਸ਼ਾਹ ਰੇਟ ਦੀਆਂ ਗੱਲਾਂ ਕਰਨੇ ਆ ਕਿ ਮਾਲਕ ਕਿਸ ਰੇਟ ਦੀ ਡਿਮਾਂਡ ਕਰਦਾ, ਕਿਸ ਰੇਟ ਦੇ ਵਿੱਚ ਆਪਾਂ ਨੂੰ ਅੱਜ ਦਾ ਤੋਹਫ਼ਾ ਦੇ ਦਿੰਦਾ। ਸਲਾਮ ਅਲੈਕੁਮ ਭਾਈ ਜਾਨ, ਕੀ ਹਾਲ ਚਾਲ ਨੇ, ਕੀ ਨਾਮ ਹੈ ਆਪਣਾ ਜੀ? ਮੁਹੰਮਦ ਸਜਾਦ। ਮੌਲਵੀ ਸਾਹਿਬ ਮਾਸ਼ਾਅੱਲਾ ਆਪਣੀ ਮੱਝ ਵੀਰਾਂ ਭਰਾਵਾਂ ਨੂੰ ਦਿਖਾਏਗੀ, ਜੋ ਜੋ ਗੱਲਾਂ ਵੀਡੀਓ ਵਿੱਚ ਸ਼ੇਅਰ ਕੀਤੀਆਂ ਆਪਣੀ ਜ਼ੁਬਾਨ ਨੂੰ ਥੋੜ੍ਹਾ ਦੱਸਿਆ ਜੀ ਕਿ ਕਿੰਨਵਾਂ ਵਾਰ ਹੈ, ਕੀ ਗੱਲਬਾਤ ਇਹਦੀ? ਤੀਸਰਾ ਵਾਰ ਹੈ ਜੀ। ਠੀਕ ਹੋ ਗਿਆ, ਥੋੜ੍ਹਾ ਉੱਚੀ ਲਵਾਜ਼ ਨਾਲ। ਤੀਸਰਾ ਵਾਰ ਹੈ ਮੱਝ ਨੂੰ। ਠੀਕ ਹੋ ਗਿਆ ਜੀ। ਮਗਰ ਕੱਟਾ ਹੈ? ਮਗਰ ਕੱਟਾ ਹੈ। ਦੁੱਧ ਤਕਰੀਬਨ 10 ਕਿਲੋ ਹੈ। 10 ਲੀਟਰ ਹੈਗਾ ਕੱਟਣ ਚ ਗਾ ਕੇ। ਟਾਈਮ ਟੂ ਟਾਈਮ ਸੂਈ ਨੂੰ ਕਿੰਨੇ ਦਿਨ ਹੋ ਗਏ ਨੇ? ਸੂਈ ਨੂੰ ਤਕਰੀਬਨ 4-5 ਦਿਨ ਹੋ ਗਏ। 4-5 ਦਿਨ ਸੂਈ ਨੂੰ ਹੋ ਗਏ ਨੇ ਮਾਸ਼ਾਅੱਲਾ। ਤੇ ਨੀਲੀ ਦੀ? ਪਿਓਰ ਨੀਲੀ ਦੀ ਮੱਝ ਹੈ। ਹਾਂਜੀ। ਬਰੀਕ ਚਮੜੀ? ਬਰੀਕ ਚਮੜੀ। ਠੀਕ ਹੋ ਗਿਆ ਜਨਾਬ ਜੀ, ਛੋਟੀ ਬੋਤੀ ਸਹੀ ਹੋ ਗਿਆ ਜੀ। ਬਾਕੀ ਜਿਨ੍ਹਾਂ ਨੇ ਮੱਝ ਲੈਣੀ ਹੈ, ਘਰ ਰੱਖਣੀ ਹੋਵੇ, ਘਰ ਰੱਖਣੀ ਹੋਵੇ, 9 ਮਹੀਨਿਆਂ ਤੱਕ ਮਿਲਦੀ, ਆਪ ਛੱਡਣੀ ਜਦੋਂ ਛੱਡਣੀ, ਆਪ ਛੱਡਣੀ ਕਿਉਂ ਛੱਡਣੀ, 9 ਮਹੀਨਿਆਂ ਤੱਕ ਮਿਲਦੀ ਹੈ, ਮਿਲਦੀ ਹੈ ਸ਼ਰੀਫ ਮੱਝ ਜੀ ਜੀ, ਨਾ ਲੱਤ ਮਾਰੇ ਨਾ ਉਛਲੇ ਨਾ ਕੁੱਦੇ। ਠੀਕ ਹੋ ਗਿਆ ਜਨਾਬ, ਬੜਾ ਰਿਕਾਰਡ ਹੈ ਘਰ, ਅਸੀਂ ਵੀ ਘਰ ਹੀ ਰੱਖੀਏ, ਅਸੀਂ ਵੀ ਘਰ ਹੀ ਰੱਖੀਏ। ਠੀਕ ਹੋ ਗਿਆ ਜਨਾਬ ਜੀ, ਹੱਡੀ ਇੱਕ ਇੰਝ ਹੀ ਹੈ, ਹੱਡੀ ਇੱਕ ਹੈ। ਠੀਕ ਹੋ ਗਿਆ ਜਨਾਬ ਜੀ, ਕੋਈ ਮਸਲਾ ਮਸਾਇਲ ਤਾਂ ਨਹੀਂ ਹੈਗਾ ਇਹਦੇ ਵਿੱਚ? ਕੋਈ ਮਸਲਾ ਮਸਾਇਲ ਹੋਵੇ, ਚੋਵਣ ਦਾ, ਚਵਾਈ ਦਾ, ਥਣ ਦਾ, ਉਹ
ਅੱਛਾ ਠੀਕ ਹੋਗਾ, ਟਾਈਮ ਟੂ ਟਾਈਮ ਕਿਹੜਾ ਹਾਜ਼ਰ ਮੌਕੇ, ਵੈਸੇ ਤਾਂ ਮਹਿਲ ਸ਼ਹਿਰ ਤੋਂ ਬਾਅਦ ਦੁੱਧ ਜ਼ਿਆਦਾ ਕਰੇ ਦੀ, ਲੇਕਿਨ ਹਾਜ਼ਰ ਮੌਕੇ ਕਿਹੜਾ ਪਿਛਲੇ ਸੂਬਿਆਂ ਦਾ ਦੁੱਧ 14 ਤੋਂ 15 ਲੀਟਰ 14 ਤੋਂ 15 ਲੀਟਰ ਦਿੰਦੇ ਜੀ। ਠੀਕ ਹੋ ਗਿਆ ਜੀ, ਮਸਲ ਹੁਣ ਹੀ ਮਹਿਲ ਸ਼ਹਿਰ ਤੋਂ ਬਾਹਰ ਨਿਕਲੇ ਕਿ ਦੁੱਧ ਕਿੰਨਾ ਕਰੇ ਦੇ, 10 ਕਿਲੋ, ਲੇਕਿਨ ਮੈਲੇਸ਼ਿਆ ਤੋਂ ਬਾਅਦ ਦੁੱਧ ਕਿੰਨਾ ਕਰ ਦਿਆ ਜੀ, ਆਈਡੀਆ ਹੋਵੇ? 12-14 ਲੀਟਰ ਕਰੇਗੀ। 12-14 ਲੀਟਰ ਆਰਾਮ ਨਾਲ ਕਰ ਦਿਆ ਜੀ, ਕੱਟੇ ਚ ਗਾ ਕੇ ਹੁਣ ਤਕਰੀਬਨ 10 ਲੀਟਰ ਟਾਈਮ ਟੂ ਟਾਈਮ ਮਾਈ ਥੱਲੇ ਮੌਜੂਦ ਹੈ, ਥਨ ਵਾਨੇ ਦੀ ਹਰ ਚੀਜ਼ ਦੀ ਕਲੀਅਰ ਹੈ, ਗਰੰਟੀ ਹੈ ਆਪਣੀ ਪੂਰੀ। ਜਨਾਬ ਜੀ ਠੀਕ ਹੋ ਗਿਆ ਮਾਸ਼ਾਅੱਲਾ, ਆਫਿਸ ਸਾਹਿਬ ਦੀ ਜ਼ੁਬਾਨੀ ਵੀਰਾਂ ਭਰਾਵਾਂ ਨੇ ਸਾਰੀਆਂ ਗੱਲਾਂ ਸੁਣ ਲਈਆਂ ਨੇ। ਮੌਲਵੀ ਸਾਹਿਬ ਇਹਦਾ ਰੇਟ ਕਰ ਦਿਓ ਜਾਇਜ਼ ਮਾਕੂਲ, ਜਾਇਜ਼ ਮਾਕੂਲ ਇਹਦਾ ਮੁੱਲ ਕਰ ਦਿਓ, ਕਿਹੜਾ ਮੁੱਲ ਆਪਾਂ ਵੀਰਾਂ ਭਰਾਵਾਂ ਕੋਲੋਂ ਲੈ ਲੈਣਾ। ਮੱਝ ਆਪਣੀ ਬਰੀਡ ਵੱਲੋਂ ਚੰਗੀ ਹੈ, ਨਸਲ ਜ਼ਾਤ ਵੱਲੋਂ ਵੀ ਚੰਗੀ ਅਤੇ ਖਾਸ ਪਿਓਰ ਨੀਲੀ ਰਾਵੀ ਦੀ ਹੈ, ਅਤੇ ਮੁੱਲ ਕਰ ਦਿਓ ਇਹਦਾ ਪਿਆਰ ਬੜਾ। ਮੁੱਲ ਜੀ ਇਹਦਾ ਤੁਹਾਡੇ, ਤੁਸੀਂ ਸਾਡੇ ਕੋਲ ਆਏ ਜੇ ਮਾਸ਼ਾਅੱਲਾ, ਠੀਕ ਹੋ ਗਿਆ ਜਨਾਬ ਜੀ, ਮੁੱਲ ਜਿਹੜਾ ਨਾ ਉਹ 270 ਹੋਵੇਗਾ ਜੀ। 270 ਜੀ, ਪਿਆਰ ਮੁਹੱਬਤ ਦਾ ਰੇਟ ਹੈ, ਵੈਸੇ ਮੰਗਣ ਨੂੰ ਤਾਂ ਤਿੰਨ ਹੀ ਮੰਗੀਦਾ। ਤਿੰਨ ਵੀ ਮੰਗੇ ਜਾਂਦੇ ਜਿਸ ਕਦ ਕਾਠ ਹੈ, ਗਵਾਲਣ ਹੈ ਅਤੇ ਘਰ ਰੱਖਣ ਵਾਸਤੇ ਬੜੀ ਬਿਹਤਰੀਨ ਹੈਗੀ ਹੈ, ਅਤੇ 270 ਦਾ ਹੱਥ ਹੈ, ਥੋੜ੍ਹਾ ਬਹੁਤ ਪਿਆਰ ਮੁਹੱਬਤ ਮੌਲਵੀ ਸਾਹਿਬ ਹੋਵੇਗਾ। ਮੱਝ ਆਪਣੀ ਖਰੀ ਹੈ ਵੀਰਾਂ ਭਰਾਵਾਂ ਦੇ ਸਾਹਮਣੇ ਤੁਸੀਂ ਕਰਤਾ ਕਿ ਮੱਝ ਆਪਣੀ ਖਰੀ ਹੈ, ਕੋਈ ਮਸਲਾ ਮਸਾਇਲ ਨਹੀਂ ਹੈਗਾ, ਘਰੇਲੂ ਹੈ, ਘਰ ਚੋਣ ਪੀਵਣ ਵਾਸਤੇ ਤੁਹਾਡੀ ਜ਼ਬਾਨੀ ਕਿ ਬਿਹਤਰੀਨ ਹੈਗੀ। ਠੀਕ ਹੋ ਗਿਆ ਜਨਾਬ ਜੀ, ਮਾਸ਼ਾਅੱਲਾ ਵੀਰਾਂ ਭਰਾਵਾਂ ਨੇ ਜ਼ੁਬਾਨੀ ਸੁਣ ਲਿਆ ਮੌਲਵੀ ਸਾਹਿਬ ਦੇ ਕਿ 270 ਡਿਮਾਂਡ ਹੈ, ਡਿਮਾਂਡ ਕੋਈ ਨਹੀਂ ਹੈਗੀ। ਠੀਕ ਹੋ ਗਿਆ, 270 ਡਿਮਾਂਡ ਕੋਈ ਨਹੀਂ, ਸਿਰਫ ਬਾਖੜੀ ਖਾਂਗੜਾ ਗਾਂ ਮੱਝਾਂ ਅੱਜ ਕੱਲ੍ਹ ਇਹਨਾਂ ਰੇਟਾਂ ਵਿੱਚ ਮਿਲਦੀਆਂ ਨੇ। ਕਿਹੜਾ ਰੇਟ ਮੌਲਵੀ ਸਾਹਿਬ ਨੇ ਤਾਜ਼ਾ ਸੂਈ ਲਿਆਰੀ ਨਖਾਸ ਨੀਲੀ ਰਾਵੀ ਮੱਝ ਦਾ ਕੀਤਾ ਹੈ ਜਨਾਬ, 270 ਦੇ ਵਿੱਚ ਥੋੜ੍ਹੀ ਬਹੁਤ ਗੁੰਜਾਇਸ਼, ਪਿਆਰ ਮੁਹੱਬਤ ਕਰਾਵਾਂ ਦੇ ਦੁੱਧ ਕਿਹੜਾ ਹਾਜ਼ਰ ਮੌਕੇ ਵੀਰਾਂ ਭਰਾਵਾਂ ਨੂੰ ਦੱਸਦਾ 10-12 ਲੀਟਰ ਬਕਾਇਆ ਮੈਲਸ਼ਲ ਤੋਂ ਬਾਅਦ ਦੁੱਧ ਜ਼ਿਆਦਾ ਕਰੇ ਦੀ ਉਮੀਦ ਕਰਨਾ ਵੀਰਾਂ ਭਰਾਵਾਂ ਨੂੰ। ਅੱਜ ਦਾ ਜਾਨਵਰ ਦਿਖਾਇਆ ਗਿਆ, ਪਸੰਦ ਆਵੇ ਤਾਂ ਪਸੰਦ ਆਵੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਤੇ ਇੱਕ ਨਵੀਂ ਵੀਡੀਓ ਕੇ ਸਾਥ, ਆਪਣਾ ਢੇਰ ਸਾਰਾ ਖਿਆਲ ਰੱਖੇਗਾ, ਅੱਲਾ ਹਾਫਿਜ਼।